ਇਹਨੇ 3 ਵਜੇ ਪਹੁੰਚੀ 2 ਵਜੇ ਪੈ ਸੁਭਾਨ ਅੱਲਾ ਇੱਕ ਬੰਦਾ ਟ੍ਰੇਨ ਤੇ ਜਾਊਗਾ ਕਿ ਨਹੀਂ ਤੇ ਉਹ ਅਰੇ ਸਾਹਿਬ ਤੋਜ ਰੱਖਣਾ ਉਹ ਬੰਦਾ ਟ੍ਰੇਨ ਦੇ ਸਟੇਸ਼ਨ ਤੇ ਬੈ ਕੇ ਰੋਂਦਾ ਪਿਆ ਕਿਸੇ ਦਾ ਪੁਰਾਣਾ ਗਿਆ ਹੋਇਆ ਉਦੋਂ ਬੰਦਾ ਲੱਗਿਆ ਉਸੇ ਕਿ ਰੋਂਦਾ ਕਿਉਂ ਸੇ ਕਰਾਉਂਦਾ ਕੁਛ ਨਹੀਂ ਮੈਂ ਹੋਰ ਗੱਲ ਕਹਿਣੀ ਜਿਹੜੀ ਉਹ ਆਖਰੀ ਡੱਬੇ ਨਾਲ ਦੋ ਬੰਦੇ ਲਟਕੇ ਜਾਂਦੇ ਨੇ ਮੈਨੂੰ ਚੜਾਵੇਣ ਆਇਆ ਕਿਹੜੀ ਕਾਲਾ ਨੇ ਵਿਆਹ ਛੱਡ ਹੁਣ ਵੇਖਣਾ ਫਿਰ ਕਿਹੜਾ ਕਾਲਾ ਹੈ ਜਿਹਨੂੰ ਚੜਨਾ ਹੈ ਉਹ ਤਬਾਹ ਕੇ ਚਲਾ ਜਾਣਾ ਹੁਣ ਰਹਿ ਕੇ ਆਪਾਂ ਸਲਾਮ ਤੱਕ ਰਹਿਣਾ ਹੈ ਤੇ ਸਲਾਮ ਜਲਦੀ ਪੜੀ ਸੀ ਕਿਉਂਕਿ ਬੜੇ ਨਫੀਸ ਲੋਕ ਬੈਠੇ ਨੇ ਇੱਕ ਹੁੰਦਾ ਨਫਾਸਤ ਵੀ ਹੁੰਦੀ ਕੋਈ ਚੀਜ਼ ਤੇ ਲੇਕਿਨ ਮੇਰੇ ਸਾਹਮਣੇ ਮੌਲਾ ਕਾਇਨਾਤ ਦੀ ਮੁਹੱਬਤ ਵਾਲੇ ਬੈਠੇ ਜਿਹਨਾਂ ਨੂੰ ਮੈਂ ਮੁਬਾਰਕ ਦਿੱਤੀ ਆਈ ਨਾ ਵੀ ਰਬੀ ਰਵਲ ਦੀ ਮੁਬਾਰਕ ਹੋਵੇ ਤੇ ਜਿਹਨਾਂ ਮੁਬਾਰਕ ਜੱਲੀ ਹੱਲ ਚੁੱਕੇ ਇਸ ਮੁਹੱਲਾ ਬੋਲਣਾ ਸਟੇਜ ਵਾਲੇ ਕਾਬੂ ਰਵਿਆ ਤੇ ਨਜ਼ਰ ਵੀ ਰੱਖਿਆ ਤੇ ਹੁਣ ਕੌਣ ਕੌਣ ਬੇਚੈਨ ਹੈ ਕਿ ਮੈਨ ਕਿ ਆਮਿਨਾ ਦੇ ਚੈਨ ਤੇ ਦਰੂਦ ਪੜਿਆ ਜਾਏ ਜਿਹਨਾਂ ਨੇ ਹੱਥ ਖੜਾ ਕੀਤਾ ਇਹਨਾਂ ਕੋਲ ਦਰੂਦ ਪਾਕ ਸੁਣਨੇ ਆ सल्लल्लाहु अलैहि